ਜੀ, ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਪੰਜਾਬ ਵਿੱਚ ਆਪਣੀ ਤੂੜੀ ਨੂੰ ਕਿਸ ਤਰੀਕੇ ਸੇਵ ਕਰਨੀ ਹੈ। ਵਲੌਗ ਸਾਡਾ ਸਾਰਾ ਦੇਖਿਆ ਜੇ, ਇਨਸ਼ਾਅੱਲਾ ਤੁਹਾਨੂੰ ਬੜਾ ਇੰਟਰਸਟਿੰਗ ਲੱਗੇਗਾ। ਅਸਲਾਮ ਵਾਲੇਕੁਮ ਜੀ, ਮੈਂ ਹੋਲੀ ਰਜ਼ਾ ਔਰ ਆਪ ਦੇਖ ਰਹੇ ਹੈ ਮੇਰਾ ਯੂਟਿਊਬ ਚੈਨਲ ਅਲੀ ਜ਼ਫਰ। ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੇ। ਅਤੇ ਅੱਜ ਅਸੀਂ ਇੱਕ ਤੁਹਾਨੂੰ ਹੋਰ ਤਰੀਕਾ ਦੱਸਣ ਜਾਂਦੇ ਪਏ ਹਾਂ ਕਿ ਸਾਡੇ ਵੱਲ ਜਿਹੜਾ ਉਹ ਤੂੜੀ ਨੂੰ ਸੇਵ ਕੀਤਾ ਜਾਂਦਾ। ਅਕਸਰ ਲੋਕ ਤੁਹਾਡੇ ਘਰ ਲੈ ਜਾਂਦੇ ਨੇ, ਲੇਕਿਨ ਜ਼ਿਆਦਾ ਜਿਨ੍ਹਾਂ ਨੇ ਤੂੜੀ ਰੱਖਣੀ ਹੋਵੇ ਆਪਣੇ ਮਾਲ ਡੰਗਣ ਵਾਸਤੇ ਜਾਂ ਵੇਚਣ ਵਾਸਤੇ, ਉਹ ਸੇਵ ਕਿਸ ਤਰੀਕੇ ਕਰਦੇ ਨੇ। ਅਤੇ ਅੱਜ ਮੈਂ ਸਾਡੇ ਮਸਾਏ ਜਿਹੜੇ ਨੇ ਉਹ ਅੱਜ ਤੂੜੀ ਸੇਵ ਕਰ ਰਹੇ ਸਨ। ਮੈਂ ਕਿਹਾ ਚਲੋ ਤੁਹਾਨੂੰ ਨਾਲੇ ਵਿਖਾਉਣੇ ਆ, ਅਤੇ ਨਾਲੇ ਇਹਦਾ ਤਰੀਕਾ ਵੀ ਦੱਸਿਆ ਹੈ, ਅਤੇ ਇਹਨਾਂ ਦੀ ਜਿਹੜੀ ਹੈ ਉਜਰਤ ਉਹ ਕਿੰਨੀ, ਮਜ਼ਦੂਰੀ ਕਿੰਨੀ, ਉਹ ਵੀ ਤੁਹਾਨੂੰ ਦੱਸਾਂਗੇ ਨਾਲ। ਹੁਣ ਬਸ ਚਾਚੇ ਕਿਆ ਕੋਲ ਆ ਨੁੱਕਰ ਰਹਿ ਗਈ ਹੈ, ਠੀਕ ਹੈ। ਬਾਕੀ ਉਹਨਾਂ ਦੇ ਉੱਤੇ ਜਿਹੜੀ ਹੈ ਕੰਡ ਜਿਹੜੀ ਹੈ ਉਹ ਥੋੜ੍ਹੀ ਬਹੁਤ ਰਹਿ ਗਈ, ਬਾਕੀ ਮਾਸ਼ਾਅੱਲਾ ਸਾਰਾ ਆਲਾ ਕੀਤੀ ਖੜ੍ਹਾ। ਆ ਵੇਖਦੇ ਪਏ ਨਾਲੋਂ ਨਾਲ ਆਪਦਾ ਗਾਰਾ ਬਣਾ ਦੇਣ, ਪਹਿਲੇ ਜਿਹੜਾ ਨਾ ਤੂੜੀ ਨੂੰ ਲੈਵਲ ਕਰ ਦੇਣ, ਠੀਕ ਹੋ ਗਿਆ। ਲੈਵਲ ਕਰਨ ਤੋਂ ਬਾਅਦ ਫਿਰ ਉਹਨਾਂ ਦਾ ਜਿਹੜਾ ਉਹ ਗਾਣੀ ਆਦਿ ਤਿਆਰ ਕਰਦੇ ਨੇ, ਪਾਣੀ ਵਿੱਚ ਛੱਡਦੇ ਨੇ, ਵਿੱਚ ਤੂੜੀ ਪਾ ਦੇਣ ਹੋਰ, ਅਤੇ ਤਾਂ ਕਿ ਜਿਹੜਾ ਨਾ ਮਾਲ ਗਾੜਾ ਹੋ ਜਾਵੇ। ਅਤੇ ਇਹਦੀ ਜਿਹੜੀ ਹੈ ਨਾ ਇਹ ਮਜ਼ਦੂਰੀ ਵੀ ਘੱਟ ਜੇ, ਮਜ਼ਦੂਰੀ ਇਸ ਤਰੀਕੇ ਘੱਟ ਏ ਕਿਉਂਕਿ ਜਿਹੜੇ ਬੰਦੇ ਨੇ ਮਜ਼ਦੂਰ ਕੰਮ ਕਰਨ ਵਾਲੇ ਉਹ ਫਿਰ ਆਦਿ ਮਜ਼ਬੂਰੀ ਜਿਹੜਾ ਉਹ ਕੰਮ ਕਰਦੇ ਨੇ, ਉਹ ਸ਼ੌਕ ਨਾਲ ਕੋਈ ਬੰਦਾ ਨਹੀਂ ਕੰਮ ਕਰਦਾ। ਨਾਲੇ ਗੱਲ ਹੋਰ ਤੁਹਾਨੂੰ ਦੱਸਦੇ ਜਾਈਏ, ਜਿਹੜੀ ਇਹ ਤੂੜੀ ਹੈ ਉਹ ਅੱਜ ਕੱਲ੍ਹ ਸਾਡੇ ਇੱਥੇ ਬੜੇ ਤਰੀਕਿਆਂ ਦੀ ਬਣ ਰਹੀ ਹੈ, ਠੀਕ ਹੈ। ਜਿਹੜੀ ਮੇਰੇ ਪਿੱਛੇ ਤੁਸੀਂ ਕਣਕ ਵੱਢੀ ਵੇਹਦੇ ਪੈ ਜੇ, ਇਹ ਬੜੋਲੇ ਦੀ ਵੱਢੀ ਹੋਈ ਹੈ, ਠੀਕ ਹੋ ਗਿਆ। ਹਾਰਵੈਸਟਰ ਬੜੋਲਾ ਤੁਸੀਂ ਸਮਝ ਗਿਆ, ਉਸ ਦੀ ਵੱਢੀ ਹੋਈ ਹੈ। ਅਤੇ ਜਿਹੜੀ ਹੁੰਦੀ ਥ੍ਰੈਸ਼ਰ ਦੀ ਤੂੜੀ ਉਹ ਸਾਰਿਆਂ ਨਾਲ ਬਿਹਤਰੀਨ ਹੁੰਦੀ, ਠੀਕ ਹੈ, ਕਿਉਂਕਿ ਉਹਨੂੰ ਫਿਰ ਸੰਭਾਲਣਾ ਵੀ ਸੌਖਾ ਹੁੰਦਾ, ਉਹ ਹੁੰਦੀ ਬਿਲਕੁਲ ਬਰੀਕ ਹੈ। ਜਿਹੜੀ ਆ ਬੜੋਲੇ ਦੀ ਜਾਂ ਵੱਡੀਆਂ ਹਾਰਵੈਸਟਰਾਂ ਦੀ ਜਿਹੜੀ ਆ ਤੂੜੀ ਤੁਸੀਂ ਵੇਖ ਸਕੋ, ਉਹ ਥੋੜ੍ਹੀ ਮੋਟੀ ਹੋ ਸਕਦੀ। ਅਤੇ ਆ ਮਾਸ਼ਾਅੱਲਾ ਦਾੜ ਵੀ ਮੇਰੇ ਖਿਆਲ ਨਾਲ ਇਵੇਂ ਕਿਹਾ ਵੀ 6-7 ਕਿੱਲਾਂ ਦੀ ਦਾੜ ਹੋਣੀ ਹੈ। ਅਤੇ ਇਹ ਚਾਚੇ ਕਿਆਂ ਨੇ ਆਪਦੀ ਲਿੰਬ ਛੱਡੀ ਹੈ, ਅਤੇ ਇਹ 20 ਮਣ ਲੈਂਦੇ ਨੇ ਇੱਕ ਏਕੜ ਦੀ। ਇਸ ਤਰੀਕੇ ਦੋਨੋਂ ਜਿਹੜੀ ਹੈ ਦਾੜ ਲਿੰਬ ਕਿਤੇ ਮਿਲਦਾ, ਅਸੀਂ ਇਹਨੂੰ ਆਪਦੀ ਪੰਜਾਬੀ ਜ਼ਬਾਨ 'ਚ ਦਾੜ ਆਖਦੇ ਹਾਂ, ਅਤੇ ਕੁਝ ਹੋਰ ਬੰਦੇ ਵੀ ਆਪਦੀ ਜ਼ਬਾਨਾਂ 'ਚ ਆਖਦੇ ਉਸ, ਲੇਕਿਨ ਅਸੀਂ ਦਾੜ ਆਖਦੇ ਹਾਂ। ਦੋਨੋਂ ਇੱਧਰ ਵਿਖਾਉਂਦੇ ਹਾਂ ਅਸੀਂ ਕਿ ਚਾਚੇ ਉਹਨਾਂ ਕੋਲ ਦਾੜ ਜਿਹੜੀ ਉਹ ਸਹੀ ਲਿੰਬੀ ਨਹੀਂ ਗਈ, ਕਿਉਂਕਿ ਥੋੜ੍ਹੀ ਬਹੁਤ ਜ਼ਿਆਦਾ ਸੀ। ਤੁਸੀਂ ਚੈੱਕ ਕਰੋ, ਅਤੇ ਚਾਚੇ ਉਹਨਾਂ ਦਾ ਆਹ ਰਹਿ ਗਿਆ ਇੱਕ ਹਿਸਾਬ, ਬਾਕੀ ਜਿਹੜਾ ਉਹ ਥੋੜ੍ਹਾ ਲੱਕ ਉੱਥੋਂ ਮਰੀਜਾ ਹੋਇਆ। ਉਹ ਹੁਣ ਮੈਂ ਆਹ ਵੇਖੋ, ਤੁਸੀਂ ਇੱਥੋਂ ਵੇਖੋ ਅਤੇ ਇੱਥੋਂ ਥੋੜ੍ਹਾ ਜਿਹਾ ਅੱਗੂ ਕਰਕੇ ਜਿਹੜਾ ਲੱਕ ਮਰੀਜਾ ਹੋਇਆ ਦਾੜ ਦਾ, ਲੇਕਿਨ ਫਿਰ ਵੀ ਚਾਚੇ ਉਹਨਾਂ ਬੜੀ ਹਿੰਮਤ ਮਾਰੀ ਹੈ, ਕਿਉਂਕਿ ਤੂੜੀ ਤੁਸੀਂ ਵੇਖਦੇ ਪਹਿਲੇ ਬੜੀ ਜ਼ਿਆਦਾ ਹੈ। ਇਹ ਜਿਹੜਾ ਨਾ ਚੈਪਰ ਮਨਾ ਚੱਲਦਾ ਰਿਹਾ ਕਿ ਪਤਾ ਨਹੀਂ ਕੀ ਚੱਲਦਾ ਰਿਹਾ, ਅਤੇ ਇਹ ਚੈਪਰ ਨਹੀਂ ਉਵੇਂ ਹਾਰਵੈਸਟ ਸੀ, ਉਹ ਜਿਹੜਾ ਨਾ ਆਦਿ ਟਰਾਲੀਆਂ 'ਤੇ ਲਿਆ ਲਿਆ ਸੜਦੀ ਰਹੀ, ਉਹਨਾਂ ਚਾਚੇ ਉਹਨਾਂ ਕੋਲ ਸੰਭਾਲ ਹੀ ਨਹੀਂ ਗਏ। ਉਹਨਾਂ ਦਾ ਆਹ ਇੱਕ ਮੱਥਾ ਰਹਿ ਗਿਆ ਅਤੇ ਬਾਕੀ ਦੂਸਰਾ ਮੱਥਾ ਜਿਹੜਾ ਉਹ ਆਲਾ ਖੂੰਜਦੇ ਪੈ ਜੇ। ਅਤੇ ਮਾਸ਼ਾਅੱਲਾ ਇਹ ਕੰਮ ਜਿਹੜਾ ਇਹ ਬੜਾ ਬਿਹਤਰੀਨ ਹੈ, ਅਤੇ ਬਾਕੀ ਚਾਚੇ ਉਹਨਾਂ ਨਾਲ ਗੱਲ ਵੀ ਕਰਾਵਾਂਗੇ ਕਿੰਨੀ ਦੇਰ 'ਚ ਇਹਨਾਂ ਨੇ ਡਾਟ ਲਈ ਵਾਲੀ ਕੰਮ ਕਰਦੇ ਪੈਣ, ਇੱਧਰੋਂ ਨਿਕਲਦੇ ਨੇ ਫਿਰ ਡੋਡੀ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ। ਆ ਵੇਖੋ ਚਾਚਾ ਜਿਹੜਾ ਉਹ ਫੋੜੇ ਨਾਲ ਆਦਾ ਮਿੱਟੀ ਅਤੇ ਵਿੱਚ ਪਾਣੀ ਦੇ ਵਿੱਚ ਤੂੜੀ ਸਾਰਾ ਕੋਈ ਰਲਾ ਰਲਾ ਦੇ ਆਦੇ, ਦੂਸਰੇ ਸਾਥੀ ਦਿੱਤੀਆਂ ਨੇ, ਉਹ ਅਗਲਾ ਵੇਖੋ ਜੱਟੀ ਆਉਣਾ। ਆ ਜੱਟਣ ਵਾਲਾ ਕੰਮ ਬੜਾ ਔਖਾ ਜੀ, ਹੈਂ ਚਾਚਾ ਐਵੇਂ ਗੱਲ, ਕਿਆ ਕੰਮ ਔਖਾ? ਦੋਵੇਂ ਔਖੇ ਨੇ। ਉਹ ਬੇਲੀ ਆਖ ਸੀ ਮੇਰਾ ਕੰਮ ਔਖਾ, ਚਾਚਾ ਆਖ ਸੀ ਮੇਰਾ ਕੰਮ ਔਖਾ। ਹਾਂ ਜੀ,
ਉਹ ਬੰਦੇ ਨੇ ਜਨਾਬ ਲੈਵਲ ਕਰਨੀ, ਠੀਕ ਹੈ, ਮਤਲਬ ਕਿ ਕੋਈ ਵੀ ਜਗ੍ਹਾ ਜਿਹੜੀ ਹੈ ਉਹ ਰਵੇ ਨਾ, ਹਾਂ, ਕਿ ਤੂੜੀ ਜਿਹੜੀ ਹੈ ਨਾ ਫਿਰ ਮਾਲਕਾਂ ਦੀ ਜ਼ਾਇਆ ਨਾ ਹੋਵੇ, ਬਾਰਿਸ਼ ਬੁਰਸ਼ ਆਵੇ ਤਾਂ ਫਿਰ ਇਹਨਾਂ ਬੰਦਿਆਂ ਨੂੰ ਲਾਮਾ ਜਾਂਦਾ ਅਗਰ ਤੂੜੀ ਜਿਹੜੀ ਉਹ ਖਰਾਬ ਹੋ ਜਾਵੇ ਪਾਣੀ ਵਿੱਚ ਲੈ ਜਾਵੇ ਤਾਂ। ਹਾਂ, ਉਤਲੇ ਸਾਲ ਫਿਰ ਉਹਨਾਂ ਆਖਣਾ ਯਾਰ ਤੁਸੀਂ ਸਾਡਾ ਪਿਛਲੇ ਸਾਲ ਨਹੀਂ ਕੰਮ ਚੰਗਾ ਕੀਤਾ। ਜਿਹੜੇ ਹੁੰਦੇ ਨਾ ਮਜ਼ਦੂਰ ਹਮੇਸ਼ਾ ਜਿਹੜਾ ਜ਼ਿੰਮੀਦਾਰ ਨਾਲ ਚੱਲਣ ਵਾਲੇ ਉਹਦਾ ਕੰਮ ਬੜਾ ਚੰਗੀ ਤਰੀਕੇ ਨਾਲ ਕਰਕੇ ਜਾਂਦੇ ਨੇ, ਪਤਾ ਕਿਉਂ? ਕਿਉਂਕਿ ਇਸ ਡੜ ਨੂੰ ਜਿਹੜੀ ਮੈਂ ਹੁਣ ਵਿਖਾਉਂਦਾ ਪਿਆ, ਇਹ ਲੱਗਦੇ ਲੱਗਦੇ ਹਰ ਬੰਦੇ ਸੜਕ ਨੂੰ ਵੇਖਣੀ ਹੈ, ਠੀਕ ਹੈ, ਅਤੇ ਫਿਰ ਅਗਰ ਉਹ ਡੜ ਜਿਹੜੀ ਸਹੀ ਨਾ ਲਿੰਬੀ ਹੋਵੇ ਉਹ ਫਿਰ ਵਾਂਗਰ ਮਜ਼ਦੂਰ ਹੀ ਚਵਲਾ ਜਿਹੜਾ ਕੰਮ ਕਰ ਗਿਆ। ਇਸੇ ਵਾਸਤੇ ਜਿਹੜੇ ਮਜ਼ਦੂਰ ਹੁੰਦੇ ਨਾ ਹਮੇਸ਼ਾ ਉਹ ਆਹਦੇ ਨੂੰ ਬੜਾ ਚੰਗਾ ਕੰਮ ਕਰਕੇ ਜਾਂਦੇ, ਅਤੇ ਕਿਉਂਕਿ ਫਿਰ ਜਿਹੜੇ ਬੰਦਾ ਲੱਗਦਾ ਟੱਪਦਾ ਵੀ ਹੈ ਹੋਰ ਵੀ ਉਹਨਾਂ ਦਾ ਦਿਲ ਖੁਸ਼ ਹੁੰਦਾ ਕਿ ਯਾਰ ਇਹ ਬੰਦੇ ਜਿਹੜੇ ਕੰਮ ਕਰ ਗਏ ਬੜਾ ਚੰਗਾ ਕਰ ਗਿਆ। ਇਸੇ ਵਾਸਤੇ ਜਿਹੜਾ ਮਜ਼ਦੂਰ ਤਬਕਿਆਂ ਨੂੰ ਆਦੇ ਲੋਕ ਪੂਰੀ ਕਸਰ ਕਰ ਦਿੰਦੇ ਕਿ ਜ਼ਿੰਮੀਦਾਰ ਦੀ ਜਿਹੜੀ ਹੈ ਨਾ ਕੋਈ ਵੀ ਚੀਜ਼ ਨੂੰ ਨੁਕਸਾਨ ਨਾ ਹੋਵੇ। ਉਹ ਵਾਹ ਉੱਧਰ ਹੋਈ ਇੱਧਰ ਹੈ, ਹੁਣ ਤੁਸੀਂ ਇੱਧਰ ਵੇਖੋ ਕਿਧਰ ਵੀ ਡੋਣੀ ਤੂੜੀ ਨਜ਼ਰ ਨਹੀਂ ਆਉਂਦੀ ਪਈ ਹੋਵੇਗੀ, ਹੈਂ, ਇਹ ਜਿਵੇਂ ਜਿਵੇਂ ਸੁੱਕੇਗੀ ਮਾਸ਼ਾਅੱਲਾ ਉਵੇਂ ਹੋਰ ਖੂਬਸੂਰਤ ਲੱਗੇਗੀ ਇਹਨਾਂ ਨੂੰ। ਜਿਹੜਾ ਉਹ ਮੱਥਾ ਉਹਨਾਂ ਦਾ ਉਹ ਸਾਰਾ ਪੂਰਾ ਹੋ ਗਿਆ ਮਾਸ਼ਾਅੱਲਾ, ਹੁਣ ਚਾਚੇ ਵੀ ਆ ਕੇ ਜੇ ਤੇ ਹੁਣ ਉਹਨੂੰ ਵਿਖਾਵਾਂਗੇ ਆਹ ਸੈਸ਼ਨ ਉਹਨਾਂ ਜਿਹੜਾ ਕਰਦੇ ਪਏ, ਹੁਣ ਆਖਰੀ ਸਾਈਡ ਉਹਨਾਂ ਦੀ ਕਵਰ ਕਰਨ ਨਾਲ ਰਹਿ ਗਈ। ਨਹੀਂ ਮੈਂ ਤੈਨੂੰ ਦੱਸਦਾ ਪਿਆ, ਉਸ ਤੋਂ ਬਾਅਦ ਜਦੋਂ ਉਹਦੇ ਲੱਗੇ ਉਸ ਮੈਂ ਦੜਾ ਕੋਈ ਬਣਾਈਆਂ ਨੇ, ਉਸ ਤੋਂ ਬਾਅਦ ਵੇਚਦੇ ਰਹਿਣੀ ਇੱਥੇ ਜਿਹੜਾ ਨਾ ਜਿੱਥੇ ਮੱਕੀ ਆਈ ਇਹਦੇ ਵਿੱਚ ਚੱਲ ਸਾਰੀ ਨਾ ਤੂੜੀ ਆਉਂਦੀ ਰਹੀ ਹੈ, ਅਤੇ ਟਰਾਲੇ ਆਉਂਦੇ ਵੱਡੇ ਉਹ ਲੋਡ ਕਰ ਕਰ ਅਤੇ ਲੈ ਜਾਂਦੇ ਆ। ਸਹੀ, ਇਹਨਾਂ 5,450 ਲੈ ਲੈਣਾ ਉਹ ਬਣਾਵਣ ਜਿੰਨੀ ਮਰਜ਼ੀ ਤੂੜੀ ਉਹਨਾਂ ਦੇ ਬਣੇ ਉਹਨਾਂ ਲੈ ਜਾਣੀ ਹੈ। ਸਹੀ ਹੋ ਗਿਆ, ਸਹੀ ਹੋ ਗਿਆ, ਸਹੀ ਹੋ ਗਿਆ, ਮਤਲਬ ਉਹ ਤਾਂ ਫਿਰ ਆਪਣੀ ਮਜ਼ਦੂਰੀ ਕਰਨਾ ਹੈ ਉਹਨਾਂ ਦੇ, ਸਹੀ ਹੋ ਗਿਆ। ਲਓ ਜੀ ਆਹ ਖੜੋਤਾ ਜੀ ਨਾਲ, ਚੈੱਕ ਕਰੋ ਇਹਦੀ ਬਣਦੀ ਜੀ ਤੂੜੀ, ਇਸ ਚੀਜ਼ ਦੀ ਉਹ ਆਈ ਪੀ ਤੂੜੀ ਇਹਨਾਂ ਦੀ ਬਣ ਬਣ, ਅਤੇ ਉਹ ਜਿਹੜੀ ਹੈ ਉਹ ਉਹਨਾਂ ਸੇਲ ਕਰਤੀ ਹੈ, ਉਹ ਵੱਡਾ ਟਰਾਲਾ ਆਵੇ ਤਾਂ ਉਹ ਭਰ ਕੇ ਜਿਹੜਾ ਉਹ ਚਲਾ ਜਾਵੇਗਾ, ਅਤੇ ਆਹ ਉਹਨਾਂ ਨੇ ਅਗਲਿਆਂ ਨੇ ਸੇਵ ਕਰ ਲਈ, ਇਹ ਅਗਲੇ ਹੁਣ ਵੇਚਣਗੇ ਸਰਦੀਆਂ ਵਿੱਚ। ਤੁਹਾਨੂੰ ਉਹਦਾ ਪ੍ਰੋਸੀਜਰ ਦੱਸਣਾ ਕਿ ਇਹ ਬੰਦੇ ਜਨਾਬ ਇੰਨੀ ਵਕਤ ਕਿਉਂ ਕਰਦੇ ਪਏ, ਤੁਸੀਂ ਵੀ ਆਖੋ ਯਾਰ ਬੰਦੇ ਇੰਨਾ ਵਕਤ ਕਿਉਂ ਕਰਦੇ ਪਏ, ਇਹ ਵੀ ਵਜ੍ਹਾ ਹੈ ਵੀ ਡੁੰਡ ਦੱਸਣੇ ਹਾਂ ਅਸੀਂ। ਇਹ ਜਿਹੜਾ ਕੰਮ ਹੈ ਇਹ ਤੂੜੀ ਨੂੰ ਸੇਵ ਕਰਨਾ, ਇਹ ਇੱਕ ਤਰ੍ਹਾਂ ਦਾ ਬਿਜ਼ਨਸ ਹੈ, ਅਤੇ ਇਹ ਹੁਣ ਕਰ ਰਹੇ ਨਾ ਸੇਵ, ਤੁਸੀਂ ਵੇਖਦੇ ਪਏ ਜਿਵੇਂ ਲਿੰਬਦੇ ਪੈਣ, ਇਹਦੀ ਹਿਫਾਜ਼ਤ ਵੀ ਕਰਦੇ ਨੇ, ਇਹਦੇ ਨਾਲ ਹੀ ਪੈਸੇ ਲਾਉਂਦੇ ਪੈਣ, ਠੀਕ ਹੈ, ਅਤੇ ਜਦੋਂ ਸਾਡਾ ਸਿਆਲਾ ਆ ਸੀ ਸਾਡੇ ਪਾਸੇ ਮਾਲ ਡੰਗਰਾਂ ਨੂੰ ਜਿਹੜੀ ਹੈ ਭੁੱਖ ਪੈਸੇ ਬੰਦਿਆਂ ਕੋਲ ਚਾਰਾ ਜਿਹੜਾ ਖਤਮ ਹੋ ਜਾਂਦਾ, ਉਦੋਂ ਫਿਰ ਇਹ ਵੇਚਣਗੇ,
ਟਾਲ ਵਾਲਿਆਂ ਨੂੰ ਜਾਂ ਫਿਰ ਕਿਸੇ ਵੱਡੀ ਡੇਅਰੀ ਵਾਲਿਆਂ ਨੂੰ, ਅਤੇ ਫਿਰ ਇਹਨਾਂ ਨੂੰ ਜਿਹੜਾ ਨਾ ਉਹਦੇ 'ਚ ਮੁਨਾਫਾ ਹੋ ਸੀ, ਮਤਲਬ ਕਿ ਅੱਧੋ ਅੱਧ ਜਿਹੜਾ ਪੈਸੇ ਨਾਲ ਰਲ ਜਾਣਗੇ। ਹੁਣ ਜਿਹੜੀ ਤੂੜੀ ਵਿਕਣੀ ਡੋੜੀ ਲੱਖ ਦੀ, ਉਦੋਂ ਵਿਕੇਗੀ ਡੋੜੀ 1.5 ਲੱਖ ਦੇ ਨੇੜੇ ਤੇੜੇ, ਮਤਲਬ ਕਿ ਉਦੋਂ ਸਰਦੀ ਹੋਵੇਗੀ ਅਤੇ ਮਾਲ ਡੰਗਰ ਨੂੰ ਲੋਕ ਜਿਹੜਾ ਕੁੱਕਾ ਜ਼ਿਆਦਾ ਪਾਉਂਦੇ ਨੇ। ਅਸੀਂ ਆਪ ਜਿਹੜੀ ਉਹ ਤੂੜੀ ਅਰਕੀ ਸੇਵ ਕਰਾਂਗੇ, ਕਿਉਂਕਿ ਇਸ ਟਾਈਮ 'ਤੇ ਰੇਟ ਜਿਹੜਾ ਬੜਾ ਘੱਟ ਹੈ, ਅਤੇ ਜਦੋਂ ਸਰਦੀ ਆਵੇਗੀ ਉਦੋਂ ਮਾਸ਼ਾਅੱਲਾ ਜਿਹੜਾ ਰੇਟ ਵੱਧ ਜਾਂਦਾ, ਪੈਸੇ ਵੀ ਮੁਨਾਫੇ ਦੇ ਹੁੰਦੇ ਨੇ। ਸਮਝ ਰਹੇ ਤੁਸੀਂ, ਇੱਕ ਤਰ੍ਹਾਂ ਦਾ ਬਿਜ਼ਨਸ ਹੈ ਅਤੇ ਇਹਨੂੰ ਸੇਵ ਕਰਨ 'ਤੇ ਵੀ ਇੰਨੇ ਪੈਸੇ ਨਹੀਂ ਲੱਗਦੇ। 20 ਮਨ ਚਾਚੇ ਹੋਰਾਂ ਲੈਣੀ ਹੈ, ਹਾਂ 20 ਕਿਲੋ ਲੈਣੀ ਚਾਚੇ ਹੋਰਾਂ, 1 ਕਿੱਲੇ ਮਗਰ। ਅਤੇ ਇਹ ਹੁਣ ਤੁਹਾਡੀ ਮੌਜ ਹੈ, ਤੁਸੀਂ 5 ਕਿੱਲਿਆਂ ਦੀ ਬਣਾ ਲਓ, 10 ਕਿੱਲਿਆਂ ਜਿੰਨੇ ਦੀ ਬਣਵਾਉਣੀ ਹੈ ਉਸ ਹਿਸਾਬ ਨਾਲ ਚਾਚੇ ਹੋਰਾਂ ਜਿਹੜੇ ਪੈਸੇ ਲੈ ਲੈਣ। ਇਹ ਚਾਚੇ ਤੁਸੀਂ ਸੁਬਾਹ ਦੇ ਲੱਗੇ ਜੇ ਫਿਰ ਸਹੀ, 2 ਦਿਹਾੜੀਆਂ ਤਾਂ ਲੱਗ ਗਈਆਂ, 2 ਦਿਹਾੜੀਆਂ ਲੱਗ ਗਈਆਂ ਸਾਫ ਗੱਲ। ਕੱਲ੍ਹ ਆਏ ਚਾਚੇ ਦੀ ਅਤੇ ਆਹ ਹਥਿਆਰ ਹਥੂਰ ਲੈ ਕੇ ਉਹਨੂੰ ਮਤਲਬ ਕਿ ਲੈਵਲ ਕਰ ਗਏ ਸਿਵੇਂ ਦੇ, ਪਹਿਲੇ ਇਹ ਟਰੈਕਟਰਾਂ ਨਹੀਂ ਕੀਤੀ, ਇਹ ਬੰਦਿਆਂ ਨੇ ਲੈਵਲ ਕੀਤੀ ਹੈ, ਅਤੇ ਬੰਦਿਆਂ ਨੇ ਲੈਵਲ ਕਰਕੇ ਇਹਨੂੰ ਸੋਹਣੇ ਤਰੀਕੇ ਨਾਲ ਮੋਰਚਰ ਬਣਾ ਕੇ, ਅਤੇ ਫਿਰ ਆਏ ਨੇ ਸੁਬਹ ਸੁਬਹ ਅੱਜ ਸਵੇਰ ਦੇ ਪਹਿਲੇ ਮਿੱਟੀ ਵਿੱਚ ਉਹਨਾਂ ਪਾਣੀ ਪਹਿਲੇ ਮਿਕਸ ਕੀਤਾ, ਫਿਰ ਤੂੜੀ ਵਿੱਚ ਮਿਕਸ ਕੀਤਾ, ਤਾਂ ਕਿ ਮਾਲ ਜਿਹੜਾ ਗਾੜਾ ਹੋ ਜਾਵੇ ਅਤੇ ਜਿਹੜੀ ਤੂੜੀ ਹੈ ਜਿਹੜਾ ਸੁੱਕਾ ਜਿਹੜਾ ਉਹ ਸੇਵ ਹੋ ਜਾਵੇ। ਇਹਦੀ ਹੁਣ ਜਿਹੜੀ ਲੇਅਰ ਤੁਸੀਂ ਵੇਖਦੇ ਪਏ ਤੈਅ, ਇਹ ਹੁਣ ਤਿਆਰ ਹੋ ਗਈ ਹੈ, ਇਹ ਹੁਣ ਜਿਵੇਂ ਸੁੱਕਦੀ ਜਾਵੇਗੀ ਉਵੇਂ ਮਾਸ਼ਾਅੱਲਾ ਸੋਹਣੀ ਵੀ ਲੱਗੇਗੀ, ਉਸ ਤੋਂ ਬਾਅਦ ਜਿਹੜੀ ਹੈ ਬਾਰਿਸ਼ ਵਗੈਰਾ ਆਵੇਗੀ, ਇਹਦਾ ਜਿਹੜਾ ਨੁਕਸਾਨ ਨਹੀਂ ਹੋਵੇਗਾ, ਹਾਂ ਇਹਦਾ ਜਿਹੜਾ ਫਿਰ ਨੁਕਸਾਨ ਨਹੀਂ ਹੋਵੇਗਾ। ਇਹ ਮਾਸ਼ਾਅੱਲਾ ਕੰਮ ਬੜਾ ਔਖਾ ਹੈ ਵੈਸੇ, ਲੇਕਿਨ ਚਾਚੇ ਹੋਰਾਂ ਬੜੀ ਹਿੰਮਤ ਮਾਰੀ ਜਿਹੜੇ ਕੀਤੀ ਖੜੇ, ਨਾਲੇ ਇੱਕ ਦਿਨ ਹੋਰ ਤਾਂ ਅਸੀਂ ਹਵਾ ਗੁੱਲੀ ਖੜੀ ਹੈ, ਇਹਦੇ ਭਰੇ ਹਵਾ ਹੁਣ ਚੱਲੀ ਖੜੀ ਬੜੀ ਤੇਜ਼ ਹੈ, ਅਤੇ ਉਹ ਵੀ ਇਸ ਕੰਮ 'ਤੇ ਬੜਾ ਅਸਰ ਕਰਦੀ ਹੈ, ਕਿਉਂਕਿ ਜਿਹੜਾ ਪਾਣੀ ਹੈ ਗਾਰਾ, ਇਹਨੂੰ ਅਸੀਂ ਗਾਰਾ ਆਖਦੇ ਆਦੀ ਜ਼ਬਾਨ ਵਿੱਚ, ਇਹ ਜਿਹੜਾ ਫਿਰ ਵਾਪਸ ਅੱਟ ਅੱਟ ਕੇ ਆਉਂਦਾ, ਅਤੇ ਅਗਲਾ ਜਿਹੜਾ ਬੰਦਾ ਪਾਉਂਦਾ ਉਹਦੇ ਮੂੰਹ 'ਤੇ ਵੀ ਆਉਂਦੇ ਨੇ ਛਿੱਟੇ। ਚਾਚੇ ਹੋਰਾਂ ਦਾ ਭਾਈ ਸਾਹਿਬ ਕੰਮ ਮਾਸ਼ਾਅੱਲਾ, ਅਤੇ ਤੁਸੀਂ ਵੀ ਵੇਖ ਲਿਆ ਹੋਵੇਗਾ ਤਰੀਕਾ ਕਿ ਪੰਜਾਬੀ ਜਿਹੜੇ ਨੂੰ ਆਦਿ ਤੂੜੀ ਦਾ ਕਿੰਨਾ ਖਿਆਲ ਕਰਦੇ ਨੇ। ਜ਼ਿਮੀਦਾਰ ਬੰਦੇ ਜਿਹੜੇ ਨੇ ਉਹ ਤੂੜੀ ਦਾ ਸਭ ਨਾਲ ਜ਼ਿਆਦਾ ਖਿਆਲ ਰੱਖਦੇ ਨੇ, ਠੀਕ ਹੈ, ਦਾਣਿਆਂ ਦਾ ਉਨਾ ਨਹੀਂ ਖਿਆਲ ਹੁੰਦਾ ਜਿੰਨਾ ਸਾਨੂੰ ਅੱਜ ਤੂੜੀ ਦਾ ਖਿਆਲ ਹੁੰਦਾ, ਕਿਉਂਕਿ ਜਾਨਵਰਾਂ ਨੂੰ ਬੜਾ ਪਿਆਰ ਹੁੰਦਾ, ਅਸੀਂ ਜਾਨਵਰਾਂ ਨੂੰ ਪਾ ਸਕਦੇ। ਕੁਝ ਬੰਦੇ ਨੇ ਫਿਰ ਆਏ ਜਾਨਵਰਾਂ ਵਾਸਤੇ ਮੁੱਲ ਵੀ ਲੈਂਦੇ ਨੇ, ਅਤੇ ਮੁੱਲ ਤਾਂ ਤੁਹਾਨੂੰ ਇਸ ਟਾਈਮ ਰੇਟ ਦੱਸ ਦਈਏ ਤਕਰੀਬਨ 40 ਹਜ਼ਾਰ ਰੁਪਏ ਕਿੱਲੇ ਦਾ। ਇਹ ਥਰੈਸ਼ਰ ਵਾਲੀ ਦਾ ਚਾਚਾ ਕਿ ਥਰੈਸ਼ਰ ਵਾਲੀ ਦਾ, ਥਰੈਸ਼ਰ ਵਾਲੀ ਜਿਹੜੀ ਤੂੜੀ ਉਹਦਾ 40 ਹਜ਼ਾਰ ਰੁਪਇਆ ਫੀ ਕਿੱਲੇ ਦਾ ਰੇਟ ਚੱਲ ਰਿਹਾ, ਅਤੇ ਮੇਰੇ ਖਿਆਲ ਨਾਲ ਆਹ ਜਿਹੜੀ ਬੜੋਲੇ ਵਾਲੀ ਹੈ 30 ਹਜ਼ਾਰ ਇਹਨੇ ਵੀ ਹੋਣਾ, 30-35 ਹਜ਼ਾਰ ਰੁਪਏ, ਹਾਂ 30 ਹਜ਼ਾਰ ਰੁਪਇਆ 1 ਕਿੱਲੇ ਦਾ ਬੜੋਲੇ ਵਾਲੀ, ਮਤਲਬ ਕਿ ਹਾਰਵੈਸਟ ਦੀ ਕਟਾਈ ਕੀਤੀ ਤੂੜੀ ਦਾ 30 ਹਜ਼ਾਰ ਰੁਪਈਆ, ਹਾਂ ਲੱਗੀ ਪਵੀ, ਮਤਲਬ ਕਿ ਜਿਵੇਂ ਦਾ ਉਹਨਾਂ ਨੇ ਵੇਖ ਕੇ ਜਿਹੜਾ ਨਾ ਉਹਨਾਂ ਨੇ ਰੇਟ ਲਾ ਦੇਣਾ, ਡੋੜੀ ਤੂੜੀ ਕੋਈ ਵਾਹਵਾ ਹੈ 35 ਹਜ਼ਾਰ ਦੇ ਸਨ ਇਸ ਹਿਸਾਬ ਨਾਲ। ਅਤੇ ਆਹ ਤੁਸੀਂ ਵੇਖਦੇ ਪਿਓ ਕਿ ਜਿੱਥੇ ਜਿੱਥੇ ਡੁਣਵਾ ਸੁਨਹਿਰੀ ਰੰਗ ਪੈ ਨਜ਼ਰ ਆਉਂਦਾ, ਇਹਨੂੰ ਨਾੜ ਅਸੀਂ ਆਖਦੇ, ਨਾੜ ਜਿਹੜਾ ਡੁਣ ਜਿੱਥੇ ਜਿੱਥੇ ਨਜ਼ਰ ਪੈਂਦਾ ਉਹਨੇ ਉਹਨਾਂ ਤੱਕ ਜਿਹੜੀ ਸੀ ਗੰਦਮ ਸੀ। ਚਾਚਾ ਕਿੰਨੀ ਕਣਕ ਹੈ ਇਹਨਾਂ ਦੀ? 22 ਕਿੱਲੇ
22 ਏਕੜ ਜਿਹੜੀ ਹੈ 3 ਕਿੱਲੇ ਘੱਟ ਮੁਰੱਬੇ ਵਿੱਚੋਂ ਉਵੇਂ ਦੇ ਪਏ ਸਾਡੇ ਗੁਆਂਢੀਆਂ ਦੂਸਰਿਆਂ ਦੇ ਭਾਈ ਸਾਹਿਬ ਜਿਹੜੀ ਪੜੋਲਾ ਚੱਲ ਰਹੀ ਵੇਖੋ ਤੁਸੀਂ ਠੀਕ ਉਹ ਵੀ ਆਪਦੀ ਜਿਹੜੀ ਉਹ ਕਟਾਈ ਕਰ ਰਿਹਾ ਜੇ ਨਾਲ ਉਹ ਵੀ ਦੋਨੋਂ ਸੜਕ 'ਤੇ ਚੱਲਾਂਗੇ ਤਾਂ ਉਹ ਵੀ ਦੋਨੋਂ ਅਸੀਂ ਵਿਖਾ ਦੇਵਾਂਗੇ ਬਾਕੀ ਸਾਡਾ ਵਲੋਗ ਪਸੰਦ ਆਇਆ ਅਸੀਂ ਕਿਉਂਕਿ ਇਹ ਬੜਾ ਮਿਹਨਤ ਵਾਲਾ ਕੰਮ ਹੈ ਇਹ ਉਹ ਸ਼ਹਿਰ ਸੀ ਰੱਖਦੇ ਪਹਿਲਾਂ ਜਿਹੜੀ ਪੂਰਾ ਸਾਲ ਜਿਹੜੀ ਉਸ ਤਰ੍ਹਾਂ ਸਾਡਾ ਸਾਥ ਇਹ ਨਾ ਵੀ ਕੜੀ ਵਿੱਚ ਕਦੀ ਸ਼ਾਦੀ ਵਿਆਹ ਹੋ ਜਾਂਦੇ ਫਿਰ ਨਾ ਸਾਡੇ ਕੋਲ ਪੱਠੇ ਵੜਦੇ ਨਹੀਂ ਲਿਆ ਜਾਂਦੇ ਚਾਰਾ ਵੜਦੇ ਨਹੀਂ ਲਿਆ ਜਾਂਦੇ ਉਹ ਫਿਰ ਅਸੀਂ ਆਖਦੇ ਯਾਰ ਤੂੜੀ ਅੱਗੇ ਪਾ ਦਿਓ ਅਤੇ ਉਹਨੂੰ ਉੱਥੇ ਖਾਲ ਖੂਲ ਆਟਾ ਸ਼ਟਰ ਲਾ ਕੇ ਡਿੰਗਰਾਂ ਦੇ ਅੱਗੇ ਪਾ ਦਿਓ ਕਿਉਂਕਿ ਫਿਰ ਦਿਨ ਹੀ ਲਗਾਉਣਾ ਹੁੰਦਾ ਇਹ ਤੂੜੀ ਦਾ ਸਾਨੂੰ ਬੜਾ ਸਹਾਰਾ ਪੱਠਿਆਂ ਦਾ ਜ਼ਿਆਦਾ ਸਹਾਰਾ ਜਿਹੜਾ ਉਹ ਇਸ ਤੂੜੀ ਦਾ ਹੁੰਦਾ ਸਾਨੂੰ ਬਾਕੀ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਵਲੋਗ ਨੂੰ ਸ਼ੇਅਰ ਵੀ ਕਰਨਾ ਅਤੇ ਚਾਚੇ ਹੋਰਾਂ ਵਾਸਤੇ ਕੋਈ ਕਮੈਂਟ ਅੱਛਾ ਜਿਹਾ ਕਰ ਦੇਵੇ ਕਿਉਂਕਿ ਮਿਹਨਤੀ ਕੰਮ ਹੈ ਇਹਦੇ ਵਿੱਚ ਕੋਈ ਦੋ ਨੰਬਰੀ ਵਾਲੀ ਗੱਲ ਕੋਈ ਨਹੀਂ ਮਿਹਨਤ ਕਰਨੀ ਆਉਂਦੀ ਮਿਹਨਤ ਕਰਦੇ ਤਾਂ ਉਹ ਖਾਣੀ ਆ ਲਾਲ ਦੀ ਪਿਓਰ ਇਹਦੇ ਉਹ ਕੰਮ ਜਿਹਦੇ ਹੱਥਾਂ ਹੁੰਦੇ ਜਿਹੜੇ ਉਹ ਛਾਲੇ ਬਣ ਜਾਂਦੇ ਨੇ ਠੀਕ ਹੈ ਅਤੇ ਫਿਰ ਜਾ ਕੇ ਉਹ ਕੋਈ ਰੋਟੀ ਰੋਜ਼ੀ ਰੋਟੀ ਰੰਗੇ ਪੈਸੇ ਬਣਦੇ ਨੇ ਬਾਲਾਂ ਚੁੱਕੇ ਜਿਹੜੇ ਪੈਸੇ ਬਣਾ ਕੇ ਲੈ ਜਾਂਦੇ ਦਾਣਾ ਪਾਣੀ ਜਿਹੜਾ ਉਹਨਾਂ ਨੇ ਪੂਰਾ ਸਾਲ ਖਾਣਾ ਤੁਸੀਂ ਉਹ ਬੰਦਾ ਕਿੰਨੇ ਜ਼ੋਰ ਨਾਲ ਜਿਹੜਾ ਉਹ ਜੱਟੀ ਜਾਂਦਾ ਜੇ ਉਹ ਅੱਗੇ ਕੰਡ ਜਿਹੜੀ ਹੈ ਉਹ ਆਉਂਦਾ ਉਹ ਸਾਰੀ ਕਵਰ ਕਰ ਰਿਹਾ ਵੇਖਦੇ ਜੇ ਹੋਰ ਕਰਿਆ ਜੇ ਹੁਣ